ਹਾਂਜੀ, ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਪਾਸਟਰ ਪਵਨ ਕੁਮਾਰ, ਮੈਂ ਪਿੰਡ ਬਿਲਗਾ ਦੇ ਰਹਿਣ ਵਾਲਾ ਹਾਂ ਔਰ ਅਬਨੇਜ਼ਰ ਚਰਚ ਬਿਲਗਾ ਦਾ ਬਿਲਗਾ ਦੇ ਵਿੱਚ ਮੈਂ ਸੇਵਕਾਈ ਕਰਦਾ ਔਰ ਮੈਂ ਜੀ ਟੈਸਟੀਮਨੀ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਔਰ ਟੈਸਟੀਮਨੀ ਜੇ ਤੁਸੀਂ ਸੁਣੋਗੇ ਸੱਚਮੁੱਚ ਪਰਮੇਸ਼ਰ ਦੇ ਕੰਮਾਂ ਦੇ ਲਈ ਤੁਸੀਂ ਉਸਦੀ ਮਹਿਮਾ ਕਰੋਗੇ। ਔਰ ਇਹ ਭਾਈ ਮਨਜੀਤ ਸਿੰਘ ਜੀ ਆ, ਇਹ ਆਪਣੇ ਪੂਰੀ ਨਾਮ ਦੱਸਣਗੇ ਕਿੱਥੋਂ ਦੇ ਰਹਿਣ ਵਾਲੇ ਆ, ਕਿੱਦਾਂ ਕਿੱਦਾਂ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ 'ਚ ਕੀਤਾ। ਹਾਂਜੀ, ਆਪਣਾ ਨਾਮ ਦੱਸੋ ਭਾਈ ਜੀ। ਹਾਂਜੀ, ਮੇਰਾ ਨਾਮ ਮਨਜੀਤ ਸਿੰਘ ਹੈ ਜੀ, ਮੈਂ ਪ੍ਰਤਾਪਪੁਰਾ ਰਹਿਣ ਵਾਲਾ ਹਾਂ। ਮੇਰੀ ਕਹਾਣੀ ਮੇਰੇ ਬੱਚੇ ਦੇ ਉੱਤੇ ਨਿਰਭਰ ਚੱਲਦੀ ਆ, ਜਿਹਦੀ ਮੈਂ ਗਵਾਹੀ ਦੇਣ ਤੁਹਾਨੂੰ ਜਾ ਰਿਹਾ। ਮੇਰਾ ਬੱਚਾ ਬਾਹਰ ਕਿਸੇ ਪ੍ਰੋਬਲਮ ਦੇ ਵਿੱਚ ਆ ਗਿਆ ਸੀ, ਉਸੇ ਉੱਥੇ ਬਹੁਤ ਮੈਂ ਕਿਸੇ ਚੀਜ਼ ਨੂੰ ਵੀ ਮਤਲਬ ਨਹੀਂ ਨਾਲ ਨਹੀਂ ਲੈਣਾ ਚਾਹੁੰਦਾ। ਕਹਿੰਦੇ ਹੁੰਦੇ ਕਿਸੇ ਨੂੰ ਚੰਗਾ ਕਹਿ ਕੇ ਕਿਸੇ ਨੂੰ ਬੁਰਾ ਨਹੀਂ ਕਹੀਦਾ, ਇਸ ਕਰਕੇ ਮੈਂ ਕਿਸੇ ਦਾ ਨਾਂ ਨਹੀਂ ਦਿੱਤਾ। ਉਹ ਗਾਣੀ ਆਪਣੀ ਵੱਲੋਂ ਬਹੁਤ ਘੁੰਮਿਆ, ਉਹਨਾਂ ਦੇ ਦੱਸਣ ਦੇ ਅਨੁਸਾਰ ਮੈਂ ਵੀ ਇੱਥੇ ਬਹੁਤ ਘੁੰਮਿਆ। ਮੈਂ ਤੈਨੂੰ ਪੁੱਛਣਾ ਚਾਹੁੰਦਾ ਕਿ ਮਤਲਬ ਜਦ ਤੁਹਾਨੂੰ ਇਸ ਚਰਚ ਦੇ ਬਾਰੇ ਪਤਾ ਲੱਗਿਆ ਤੇ ਕਿਹਨਾਂ ਨੇ ਦੱਸਿਆ ਤੁਹਾਨੂੰ? ਸਾਡੇ ਮੇਰੀ ਲੜਕੇ ਦਾ ਦੋਸਤ ਸੀ ਉੱਥੇ ਆਪਣੇ ਇੰਗਲੈਂਡ ਦੇ ਵਿੱਚ। ਹਾਂਜੀ, ਉਹਨਾਂ ਦੀ ਮਾਤਾ ਨੂੰ ਤਕਲੀਫ ਸੀ, ਬਾਹਾਂ ਦੇ ਉੱਤੇ ਬਹੁਤ ਖਾਜ ਜਿਹੀ ਹੋ ਜਾਂਦੀ ਸੀਗੀ ਅਤੇ ਉਹ ਉੱਥੇ ਚਰਚ ਦੇ ਵਿੱਚ ਜਾਂਦੇ ਸੀਗੇ। ਉਹਨਾਂ ਨੂੰ ਉੱਥੋਂ ਆਰਾਮ ਆ ਗਿਆ ਸੀ, ਪ੍ਰੇਅਰ ਵਗੈਰਾ ਕੀਤੀ ਆ, ਉਹਨਾਂ ਨੂੰ ਉੱਥੋਂ ਆਰਾਮ ਆ ਗਿਆ। ਉਹਨਾਂ ਦੇ ਯਕੀਨ ਦੇ ਨਾਲ ਹੀ ਉਹਨਾਂ ਨੇ ਆਪਣੇ ਲੜਕੇ ਨੂੰ ਦੱਸਿਆ, ਉਸ ਲੜਕੇ ਨੇ ਆਪਣੇ ਦੋਸਤ ਨੂੰ ਜਾਣ ਕੇ ਮੇਰੇ ਲੜਕੇ ਨੂੰ ਦੱਸਿਆ ਕਿ ਤੁਸੀਂ ਵੀ ਮੇਰੇ ਨਾਲ ਚਰਚ ਚੱਲਿਆ ਕਰੋ। ਹਾਂਜੀ, ਇੱਕ ਮਿੰਟ ਜੀ। ਹਾਂਜੀ, ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਮਤਲਬ ਭਾਈ ਮਨਜੀਤ ਸਿੰਘ ਦਾ ਬੇਟਾ ਜਿਹੜਾ ਉਹ ਇੰਗਲੈਂਡ ਦੇ ਵਿੱਚ ਸੀਗਾ ਅਤੇ ਜਦ ਭਾਈ ਰੁਪਿੰਦਰ ਨੂੰ ਰੂਪੀ ਨੂੰ ਉਹ ਮਿਲੇ ਮਤਲਬ ਤਾਂ ਉਹਨਾਂ ਦੀ ਕੰਡੀਸ਼ਨ ਸੀਗੀ ਔਰ ਉਹਨਾਂ ਦੀ ਮਦਰ ਸਿਸਟਰ ਕਹਿ ਰਹੇ ਉਹਨਾਂ ਨੂੰ ਪ੍ਰੋਬਲਮ ਸੀਗੀ ਤਾਂ ਉਹਨਾਂ ਨੇ ਚਰਚ ਬਿਲਗਾ ਚਰਚ ਆਫ ਮੈਨੇਜਰ ਦਾ ਐਡਰੈਸ ਦਿੱਤਾ ਔਰ ਉਸ ਤੋਂ ਪਹਿਲਾਂ ਕਿ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ। ਹਰਦੀਪ ਹੀ ਹੈ ਜੀ ਉਹਦਾ ਨਾਮ, ਹਰਜੀਤ ਸਿੰਘ ਉਫ ਗੋਲਡੀ। ਔਰ ਜਦ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ, ਉਹਨਾਂ ਨੇ ਆਪਣੀ ਸਮੱਸਿਆ ਨੂੰ ਮੇਰੇ ਨਾਲ ਸ਼ੇਅਰ ਕੀਤਾ ਕਿਉਂਕਿ ਬਹੁਤ ਸਾਰੀਆਂ ਪ੍ਰੋਬਲਮਾਂ ਸੀਗੀਆਂ ਉਹਨਾਂ ਦੀ ਲਾਈਫ ਦੇ ਵਿੱਚ ਔਰ ਕੇਸ ਵਗੈਰਾ ਸੀਗੇ ਔਰ ਪਰਮੇਸ਼ਰ ਨੂੰ ਜਦ ਅਸੀਂ ਹੌਲੀ ਹੌਲੀ ਦੁਆ ਕਰਨੀ ਸ਼ੁਰੂ ਕੀਤੀ ਤਾਂ ਫਿਰ ਉਹਨਾਂ ਨੇ ਆਪਣੇ ਮੰਮੀ ਪਾਪਾ ਨੂੰ ਇਸ ਚਰਚ ਦਾ ਐਡਰੈਸ ਦਿੱਤਾ। ਹਾਂਜੀ, ਦੱਸੋ ਜੀ। ਮੈਨੂੰ ਫਿਰ ਉਹਨਾਂ ਨੇ ਇੱਥੇ ਐਡਰੈਸ ਦਿੱਤਾ ਕਿ ਜਿਹੜਾ ਵੀ ਤੁਸੀਂ ਪਤਾ ਕਰਨਾ ਹੋਵੇ ਇੱਥੇ ਤੁਹਾਡੇ ਲਾਗੇ ਆ, ਮਿਲ ਗਿਆ 2 ਕਿਲੋਮੀਟਰ ਦੇ, 3 ਕਿਲੋਮੀਟਰ ਦੇ, ਐਤਵਾਰ ਵੀ ਐਤਵਾਰ ਨੂੰ ਜਾਓ, ਨਾਲੇ ਉੱਥੇ ਸੰਗ ਕਰੋ, ਬਚਤ ਕਰੋ ਔਰ ਨਾਲ ਹੀ ਉਹਨਾਂ ਤੋਂ ਤੁਸੀਂ ਪ੍ਰੇਅਰ ਕਰਾ ਕੇ ਆਓ। ਫਿਰ ਮੇਰੇ ਲੜਕੇ ਦੇ ਦੱਸਣ 'ਤੇ ਅਸੀਂ ਇੱਥੇ ਆ ਕੇ ਮਿਲ ਕੇ ਆ ਕੇ ਇਹਨਾਂ ਨੂੰ ਮਿਲੇ ਰਾਤ ਕੋ। ਜਿਸ ਦਿਨ ਮੈਂ ਆਇਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ, ਤਾਂ ਮੇਰੇ ਜਾਣੀ ਬਹੁਤ ਪਰੇਸ਼ਾਨੀ ਦੇ ਵਿੱਚ ਸੀ ਮੈਂ, ਕਿਉਂਕਿ ਉਹਦੇ ਵੀ ਉੱਥੇ ਛੋਟੇ ਛੋਟੇ ਬੱਚੇ ਸੀ ਵੀ ਕਿੱਦਾਂ ਹੋਊ ਜਾਂ ਕਿੱਦਾਂ ਨਾ ਹੋ। ਖੈਰ, ਅਸੀਂ ਇੱਥੇ ਆਉਣਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਆਏ ਹਾਂ ਤਾਂ ਇਹਨਾਂ ਨੇ ਪ੍ਰੇਅਰ ਕਰਨੀ ਸ਼ੁਰੂ ਕੀਤੀ, ਫਿਰ ਮੇਰਾ ਲੜਕਾ ਵੀ ਸਿੱਧਾ ਇਹਨਾਂ ਨੂੰ ਫੋਨ ਕਰਨ ਲੱਗ ਪਿਆ ਕਿ ਤੁਸੀਂ ਵੀ ਨਹੀਂ ਪ੍ਰੇਅਰ ਕਰੋ। ਸੋ ਮਤਲਬ ਕਹਿੰਦਾ ਸਾਨੂੰ ਹਲੇ ਦੁਨੀਆ ਬਹੁਤ ਦੂਰ ਤੱਕ ਘੁੰਮਦੀ ਆ, ਬਹੁਤ ਬਹੁਤ ਕੁਛ ਕਰਦੀ ਆ, ਬਹੁਤ ਬਹੁਤ ਟਾਈਮ ਲੱਗ ਜਾਂਦਾ। ਸਾਨੂੰ ਹਲੇ ਕਰੀਬ ਕਰੀਬ 3 ਮਹੀਨੇ ਦੇ ਕਰੀਬ ਹੋ ਗਏ ਇੱਥੇ ਆਇਆਂ ਨੂੰ। ਸੋ ਮੇਰਾ ਬੇਟਾ ਅੱਜ ਐਤਵਾਰ ਆ, ਅੱਜ 2 ਦਿਨ ਪਹਿਲਾਂ 10 ਤਰੀਕ ਨੂੰ ਮੇਰਾ ਬੇਟਾ ਸਾਰੇ ਝੰਜਰਾਂ ਤੋਂ, ਸਾਰੀਆਂ ਗੱਲਾਂ ਤੋਂ ਆਜ਼ਾਦ 10 ਤਰੀਕ ਨੂੰ ਹੋ ਗਿਆ। ਮੈਂ ਜੀ ਆਪਣੇ ਪਾਸਟਰ ਜੀ ਪਵਨ ਕੁਮਾਰ ਜੀ, ਉਹਨਾਂ ਦੀ ਪਤਨੀ ਰੰਜਨਾ ਜੀ ਔਰ ਪੂਰੇ ਯਿਸੂ ਮਸੀਹ ਪਰਿਵਾਰ ਨੂੰ, ਜੋ ਵੀ ਇੱਥੇ ਮੈਂਬਰ ਹੈਗੇ, ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿਹਨਾਂ ਦਾ ਨਾਂ ਅਸੀਂ ਲੈ ਕੇ ਚੱਲਦੇ ਹਾਂ ਯਿਸੂ ਮਸੀਹ ਜੀ ਦਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ, ਬਹੁਤ ਬਹੁਤ ਸ਼ੁਕਰੀਆ ਔਰ ਜਿਹਨਾਂ ਨੇ ਸਾਨੂੰ ਇਸ ਬੇਆਈ ਵਜ੍ਹਾ ਨੂੰ ਸਾਡੇ ਤੋਂ ਦੂਰ ਪਹੁੰਚਾਤਾ। ਇਸ ਵੇਲੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਹਰ ਪੱਖ ਤੋਂ, ਹਰ ਕੰਮ ਤੋਂ ਆਜ਼ਾਦ ਹਾਂ, ਸੁਤੰਤਰ ਹਾਂ। ਜੈ ਮਸੀਹ ਜੀ।
वधेरे जानकारी ली और चर्च आने लई साडा पता है अबनेजर चर्च नेड़े तियां वाला चौक पत्ती नीलोवाल पिंड बिलगा जिला जलंधर 1440 36। परमेश्वर दे दास पास्टर पवन कुमार जी तो प्रार्थना करवाउन लई तुसी इना नंबरां ते संपर्क कर सकते हो 085-284-58-909 084-27-15-92-76। चर्च दियां बंदगियां नू लाइव देखण लई तुसी साडा फेसबुक पेज अबनेजर चर्च बिलगा और यूट्यूब चैनल अबनेजर चर्च बिलगा नू सब्सक्राइब भी कर सकते हो और परमेश्वर दे दास पास्टर पवन कुमार जी तो परमेश्वर दे वचना नू सुन के अपनी जिंदगी नू बदल सकते हो। धन्यवाद।